नरेंद्र सिंह तोमर होना का बयान आया कि असी गलबात करन दे लई तैयार हैं, किसान गलबात नहीं कर रहे क्योंकि किसानों को एजेंडा नहीं है गलबात करन दे लई साडे कोल। ਪਹਿਲਾਂ ਉਹ ਕਹਿੰਦੇ ਸੀ ਕਿ ਕਿਸਾਨ ਕਾਨੂੰਨਾਂ ਨੂੰ ਰਿਪੀਲ ਕਰਨ ਤੋਂ ਇਲਾਵਾ ਰੱਦ ਕਰਨ ਤੋਂ ਇਲਾਵਾ ਕੋਈ ਵੀ ਪ੍ਰਸਤਾਵ ਲਿਆਉਣ ਅਸੀਂ ਗੱਲ ਕਰਨ ਲਈ ਤਿਆਰ। ਹੁਣ ਉਹ ਕਹਿ ਰਹੇ ਨੇ ਕਿਸਾਨਾਂ ਕੋਲੇ ਏਜੰਡਾ ਹੀ ਨਹੀਂ, ਕਿਸਾਨਾਂ ਕੋਲੇ ਸਾਰੇ ਏਜੰਡੇ ਨੇ ਮੰਤਰੀ ਸਾਹਿਬ। ਉਹ ਗੱਲਾਂ ਜ਼ਰੂਰ ਕਰਦੇ ਨੇ, 33% ਇਹਨਾਂ ਦਾ ਹਿੱਸਾ ਹੋਣਾ ਚਾਹੀਦਾ ਹੈ, ਪਰ ਇਹਨਾਂ ਨੂੰ ਇਹ ਕਾਨੂੰਨ ਪਾਸ ਕਰਾਉਣ ਵਿੱਚ ਪਤਾ ਨਹੀਂ ਕੀ ਮੁਸ਼ਕਲ ਹੈ। ਤੁਸੀਂ ਦੇਖੋ ਜਦੋਂ ਦਾ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ ਹੈ, 18ਵਾਂ ਮੰਤਰੀ ਅੱਜ ਤੱਕ ਨਹੀਂ ਲਿਆਂਦਾ ਗਿਆ ਮੰਤਰੀ ਮੰਡਲ। ਪੁਰਾਣਾ ਪ੍ਰੋਡਕਟ ਨਵਾਂ ਰੈਪਰ ਪੈਕਿੰਗ ਨਵਜੋਤ ਸਿੰਘ ਸਿੱਧੂ। ਅਗਰ ਕੈਪਟਨ ਅਮਰਿੰਦਰ ਮਹੀਨੇ ਸਵਾ ਮਹੀਨੇ ਦੇ ਵਿੱਚ ਉਹ 18 ਸੂਤਰੀ ਏਜੰਡਾ ਲਾਗੂ ਨਾ ਕਰ ਪਾਏ, ਉਹਦੇ ਤੋਂ 4-5 ਪੁਆਇੰਟ ਵੀ ਲਾਗੂ ਨਾ ਕਰ ਪਾਏ ਤੇ ਫਿਰ ਨਵਜੋਤ ਸਿੰਘ ਸਿੱਧੂ ਔਰ ਕਾਰਜਕਾਰੀ ਪ੍ਰਧਾਨਾਂ ਦਾ ਦਬਾਅ ਬਣਨਾ। ਇਸ ਵਕਤ ਕੈਪਟਨ ਅਮਰਿੰਦਰ ਸਿੰਘ ਅੱਗੇ ਸਭ ਤੋਂ ਵੱਡੀ ਚੁਣੌਤੀ ਗਗਨ ਇਹੀ ਹੈ ਕਿ ਮੰਤਰੀ ਮੰਡਲ ਦਾ ਵਿਸਥਾਰ ਕਦੋਂ ਕੀਤਾ ਜਾਵੇ, ਕਿਵੇਂ ਕੀਤਾ ਜਾਵੇ। ਸਤਿ ਸ੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਲਾਈਵ ਕੱਪੜ ਛਾਣ ਦਾ ਖਾਸ ਪ੍ਰੋਗਰਾਮ ਤੁਸੀਂ ਵੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ। ਅੱਜ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਪੰਜਾਬ ਦੀ ਅਤੇ ਦੇਸ਼ ਦੀ ਸਿਆਸਤ ਦੇ ਉੱਤੇ ਕਰਾਂਗੇ। ਚਰਚਾ ਪੰਜਾਬ ਦੇ ਮੰਤਰੀ ਮੰਡਲ ਦੇ ਵਿਸਥਾਰ ਨੂੰ ਲੈ ਕੇ ਬਹੁਤ ਜ਼ਿਆਦਾ ਤੇਜ਼ ਹੋ ਚੁੱਕੀ ਹੈ। ਕੱਲ੍ਹ ਦੀ ਮੀਟਿੰਗ ਜੋ ਨਵੇਂ ਬਣੇ ਕਾਂਗਰਸ ਪ੍ਰਧਾਨਾਂ ਦੇ ਵਿਚਕਾਰ ਹੋਈ ਹੈ, ਉਸ ਮੀਟਿੰਗ ਦਾ ਵੀ ਆਧਾਰ ਕਿਤੇ ਨਾ ਕਿਤੇ ਮੰਤਰੀ ਮੰਡਲ ਦੇ ਵਿਸਥਾਰ ਦੇ ਵੱਲ ਵੇਖਿਆ ਜਾ ਰਿਹਾ, ਇਸ ਦੇ ਉੱਤੇ ਵੀ ਚਰਚਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਉਧਰ ਕਿਸਾਨਾਂ ਦੇ ਵੱਲੋਂ ਕੀਤੀ ਗਈ ਕਿਸਾਨ ਸੰਸਦ ਦੇ ਵਿੱਚ ਕੱਲ੍ਹ ਮਹਿਲਾਵਾਂ ਦੇ ਵੱਲੋਂ ਜਿਸ ਤਰ੍ਹਾਂ ਦਾ ਰੋਲ ਅਦਾ ਕੀਤਾ ਗਿਆ ਹੈ, ਉਸ ਤੋਂ ਬਾਅਦ ਵੱਖੋ ਵੱਖਰੇ ਤਰ੍ਹਾਂ ਦੀਆਂ ਟਿੱਪਣੀਆਂ ਜੋ ਆ ਰਹੀਆਂ ਨੇ ਉਸ ਦੇ ਉੱਤੇ ਵੀ ਡੱਲਾ ਸਾਹਿਬ ਤੋਂ ਉਹਨਾਂ ਦਾ ਪੱਖ ਜਾਣਾਂਗੇ ਤੇ ਨਾਲ ਹੀ ਚਰਚਾ ਦੇਸ਼ ਦੀ ਸਿਆਸਤ ਦੇ ਉੱਤੇ ਕਰਾਂਗੇ। ਕੇਂਦਰ ਦੀ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਰਾਹੁਲ ਗਾਂਧੀ ਸਰਗਰਮ ਹੋ ਰਹੇ ਨੇ, ਉਸ ਦਾ ਪ੍ਰਭਾਵ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਰਹੇਗਾ, ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਾਂਗੇ। ਡੱਲਾ ਜੀ, ਸਵਾਗਤ ਹੈ ਜੀ। ਬਹੁਤ ਧੰਨਵਾਦ ਕਰਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਡੱਲਾ ਸਾਹਿਬ, ਕੱਲ ਜਿਹੋ ਜਿਹੀ ਮੀਟਿੰਗ ਚੱਲੀ ਹੈ, ਜਿਸ ਤਰ੍ਹਾਂ ਕਾਫੀ ਲੰਬੀ ਮੀਟਿੰਗ ਰਹੀ ਹੈ ਨਵੇਂ ਚੁਣੇ ਪ੍ਰਧਾਨਾਂ ਦੇ ਵਿਚਕਾਰ, ਕੀ ਲੱਗ ਰਿਹਾ ਹੈ ਮੰਤਰੀ ਮੰਡਲ ਵਿਸਥਾਰ ਦਾ ਆਧਾਰ ਸੀ ਕੱਲ ਦੀ ਮੀਟਿੰਗ ਦੇ ਵਿੱਚ ਕੋਈ ਜਾਂ ਫਿਰ ਕੋਈ ਹੋਰ ਰਣਨੀਤੀ ਤਿਆਰ ਕੀਤੀ ਗਈ ਹੈ? ਦੇਖੋ, ਕੱਲ ਜਿਹੜੀ ਨਵਜੋਤ ਸਿੰਘ ਸਿੱਧੂ ਨੇ ਮੀਟਿੰਗ ਕੀਤੀ ਹੈ, ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਨੇ ਵਰਕਿੰਗ ਕਮੇਟੀ ਦੇ ਪ੍ਰਧਾਨਾਂ ਦੇ ਨਾਲ ਮੁਲਾਕਾਤ ਕੀਤੀ ਹੈ, ਜਿਹੜੇ ਕਾਰਜਕਾਰੀ ਪ੍ਰਧਾਨ ਬਣੇ। ਉਹਦੇ ਵਿੱਚ ਗੋਇਲ ਸਾਹਿਬ ਨੇ, ਉਹਦੇ ਵਿੱਚ ਨਾਗਰਾ ਸਾਹਿਬ ਨੇ, ਉਹਦੇ ਵਿੱਚ ਡੈਨੀ ਸਾਹਿਬ ਨੇ, ਉਹਦੇ ਵਿੱਚ ਇੱਕ ਹੋਰ ਇਹਨਾਂ ਦੇ ਆਗੂ ਨੇ ਗਿਲਜੀਆਂ ਸਾਹਿਬ। ਹੁਣ ਇਸ ਤੋਂ ਇਲਾਵਾ ਜਿੰਨੇ ਵੀ ਆਲ ਇੰਡੀਆ ਕਾਂਗਰਸ ਕਮੇਟੀ ਦੇ, ਪੰਜਾਬ ਕਾਂਗਰਸ ਕਮੇਟੀ ਦੇ ਸੈੱਲ ਨੇ, ਭਾਵੇਂ ਵਪਾਰ ਸੈੱਲ ਹੈ, ਭਾਵੇਂ ਸੇਵਾ ਦਲ ਹੈ, ਭਾਵੇਂ ਟ੍ਰੇਡ ਸੈੱਲ ਹੈ, ਭਾਵੇਂ ਯੂਥ ਵਿੰਗ ਹੈ, ਉਹ ਸਾਰਿਆਂ ਦੇ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਔਰ ਲਗਭਗ 35 ਡਿਪਾਰਟਮੈਂਟਾਂ ਦੇ ਮੁਖੀ, ਉਹਨਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਮੁਲਾਕਾਤ ਕੀਤੀ ਹੈ ਔਰ ਕੱਲ੍ਹ ਪੰਜਾਬ ਭਵਨ ਦੇ ਵਿੱਚ ਪੂਰਾ ਮੇਲਾ ਲੱਗਿਆ ਰਹੇਗਾ ਔਰ ਲਗਾਤਾਰ ਸਰਕਾਰ ਦੀ ਫੰਕਸ਼ਨਿੰਗ ਨੂੰ ਰਿਵਿਊ ਕੀਤਾ ਗਿਆ ਇਸ ਪੱਖੋਂ ਕਿ ਸਰਕਾਰ ਦੀ ਕਾਰਗੁਜ਼ਾਰੀ ਦਾ ਇਹਨਾਂ ਵਿੰਗਾਂ ਤੇ ਡਿਪਾਰਟਮੈਂਟਾਂ ਤੇ ਕੀ ਅਸਰ ਪੈ ਰਿਹਾ ਤੇ ਲੋਕਾਂ ਚ ਕੀ ਗੱਲ ਜਾ ਰਿਹਾ। ਸੋ ਬੜੀ ਅਹਿਮ ਜਿਹੜੀ ਹੈ ਕੱਲ੍ਹ ਦੀ ਇਹ ਮੀਟਿੰਗ ਰਹੀ ਹੈ। ਜਿਸ ਤੱਕ ਤੁਸੀਂ ਮੰਤਰੀ ਮੰਡਲ ਦਾ ਸਵਾਲ ਕੀਤਾ, ਪੰਜਾਬ ਚ ਇਸ ਵਕਤ ਕੈਪਟਨ ਅਮਰਿੰਦਰ ਸਿੰਘ ਅੱਗੇ ਸਭ ਤੋਂ ਵੱਡੀ ਚੁਣੌਤੀ ਗਗਨ ਇਹੀ ਹੈ ਕਿ ਮੰਤਰੀ ਮੰਡਲ ਦਾ ਵਿਸਥਾਰ ਕਦੋਂ ਕੀਤਾ ਜਾਵੇ, ਕਿਵੇਂ ਕੀਤਾ ਜਾਵੇ। ਮੈਂ ਵਾਰ ਵਾਰ ਕਈ ਦਿਨਾਂ ਦਾ ਕਹਿ ਰਿਹਾ ਕਿਉਂਕਿ ਮਹੀਨੇ ਰਹਿ ਗਏ ਨੇ ਬਹੁਤ ਥੋੜੇ, ਦਸੰਬਰ ਤੱਕ ਚੋਣ ਜ਼ਾਬਤਾ ਲੱਗ ਸਕਦਾ, 7ਵਾਂ ਮਹੀਨਾ ਜੁਲਾਈ ਦਾ, ਅੱਜ 27 ਤਰੀਕ ਹੋ ਗਈ ਸਵੇਰੇ ਤੜਕੇ ਜਦੋਂ ਅਸੀਂ ਸ਼ੋਅ ਕਰ ਰਹੇ ਹਾਂ, 1.5-2.5 ਵਜਣ ਵਾਲਾ ਟਾਈਮ ਹੋ ਗਿਆ। ਹੁਣ ਅਗਸਤ, ਸਤੰਬਰ, ਅਕਤੂਬਰ 3 ਮਹੀਨੇ ਤਾਂ ਰਹਿ ਗਏ ਸ਼ੁੱਧ, ਨਵੰਬਰ ਚ ਜ਼ਾਬਤਾ ਲੱਗ ਜਾਏ ਜਾਂ ਦਸੰਬਰ ਚ ਲੱਗ ਜਾਏ, ਇਹਦਾ ਮਤਲਬ ਹੈ 3-4 ਮਹੀਨੇ ਦੇ ਵਿੱਚ ਕਾਂਗਰਸ ਨੇ ਜੋ ਕਰਨਾ ਉਹ ਕਰਨਾ। ਹੁਣ ਕੈਪਟਨ ਅਮਰਿੰਦਰ ਅੱਗੇ ਗਗਨ ਚੁਣੌਤੀ ਕੀ ਹੈ ਕਿ ਉਹ ਮੰਤਰੀ ਕਿਹਨੂੰ ਬਣਾਉਣ ਤੇ ਕਿਹਨੂੰ ਮੰਤਰੀ ਮੰਡਲ ਚੋਂ ਹਟਾਉਣ। ਜਿਸ ਵੀ ਮੰਤਰੀ ਨੂੰ ਮੰਤਰੀ ਮੰਡਲ ਚੋਂ ਹਟਾਉਣਗੇ, ਇਹ ਮੰਨਿਆ ਜਾਊਗਾ ਉਸ ਮੰਤਰੀ ਮੰਡਲ ਦੀ ਕਾਰਗੁਜ਼ਾਰੀ ਕਮਜ਼ੋਰ ਸੀ, ਉਹਦੀ ਕਾਰਗੁਜ਼ਾਰੀ ਢਿੱਲੀ ਸੀ। ਇੱਕ ਤਾਂ ਉਹ ਮੰਤਰੀ ਕੈਪਟਨ ਅਮਰਿੰਦਰ ਤੋਂ ਨਾਰਾਜ਼ ਹੋਊਗਾ ਕਿ ਚੋਣਾਂ ਤੋਂ 4 ਮਹੀਨੇ ਪਹਿਲਾਂ ਤੁਸੀਂ ਮੈਨੂੰ ਮੰਤਰੀ ਮੰਡਲ ਤੋਂ ਵਿਹਲਾ ਕਰਤਾ, ਮੈਂ ਹਲਕੇ ਦੇ ਲੋਕਾਂ ਦੇ ਵਿੱਚ ਕੀ ਮੂੰਹ ਲੈ ਕੇ ਜਾਊਂ ਵੀ ਮੇਰੀ ਕਾਰਗੁਜ਼ਾਰੀ ਚੰਗੀ ਨਹੀਂ ਸੀ। ਮੰਤਰੀ ਕਹੂਗਾ ਮੇਰੀ ਤਾਂ ਕਾਰਗੁਜ਼ਾਰੀ ਚੰਗੀ ਸੀ,
ਸਰਕਾਰ ਦੀ ਕਾਰਗੁਜ਼ਾਰੀ ਨਹੀਂ ਚੰਗੀ, ਮੰਤਰੀ ਇਹ ਕਹੂਗਾ ਜਿਹੜਾ ਹਟਾਇਆ ਜਾਊਗਾ। ਹੁਣ ਜਿਹੜਾ ਨਵਾਂ ਮੰਤਰੀ ਹੈ, ਮੈਨੂੰ ਪਤਾ ਲੱਗਿਆ ਬਹੁਤੇ ਵਿਧਾਇਕ ਹਜੇ ਮੰਤਰੀ ਬਣਨ ਚ ਦਿਲਚਸਪੀ ਨਹੀਂ ਦਿਖਾ ਰਹੇ ਕਾਂਗਰਸ ਦੇ। ਦੇਖੋ ਬੜੀਆਂ ਵਿਚਿੱਤਰ ਸਥਿਤੀਆਂ ਬਣੀਆਂ, ਕਾਂਗਰਸ ਦੇ ਕਈ ਵਿਧਾਇਕ ਮੰਤਰੀ ਬਣਨ ਚ ਦਿਲਚਸਪੀ ਨਹੀਂ ਦਿਖਾ ਰਹੇ। ਉਹਨਾਂ ਨੂੰ ਇਹ ਲੱਗਦਾ ਕਿ 4-5 ਮਹੀਨੇ ਮੰਤਰੀ ਬਣ ਕੇ ਅਸੀਂ ਕਰਾਂਗੇ ਕੀ, ਜਿਹੜਾ ਕੁਝ 4.5 ਸਾਲ ਚ ਹੋਇਆ ਉਸ ਤੋਂ ਬਾਅਦ ਅਗਲੇ 3-4 ਮਹੀਨਿਆਂ ਚੋਂ ਕੀ ਆਸ ਕਰਨਗੇ ਵੀ ਕੁਛ ਹੋਜੂ। ਅਗਰ ਉਹ ਮੰਤਰੀ ਬਣ ਜਾਂਦੇ ਨੇ ਤੇ 3-4 ਮਹੀਨਿਆਂ ਚ ਕੁਝ ਨਾ ਕਰ ਸਕੇ, ਉਹਨਾਂ ਤੇ ਹਾਰਨ ਦਾ ਖਤਰਾ ਖੜਾ। ਦੂਸਰਾ ਉਹ ਕਹਿੰਦੇ ਨੇ ਵੀ ਇਸ ਵਕਤ ਕੈਪਟਨ ਅਮਰਿੰਦਰ ਇੱਕ ਪਾਸੇ ਹੈ, ਹਾਈਕਮਾਂਡ ਇੱਕ ਪਾਸੇ ਹੈ, ਕਿਤੇ ਇਹ ਨਾ ਹੋਵੇ ਕਿ ਅਸੀਂ ਹੁਣ ਮੰਤਰੀ ਬਣ ਜਾਈਏ ਤੇ ਦੁਬਾਰਾ ਸਾਨੂੰ ਮੰਤਰੀ ਨਾ ਲਿਆ ਜਾਵੇ ਅਗਲੇ ਜੇ ਸਰਕਾਰ ਬਣਦੀ ਹੈ 2022। ਇਹ ਵੀ ਇੱਕ ਖਤਰਾ ਜ਼ਹਿਨ ਚ ਹੈ ਜਿਹੜੇ ਬਹੁਤ ਸਾਰੇ ਕਾਂਗਰਸ ਦੇ MLA ਉਹਨਾਂ ਦੇ। ਦੂਸਰਾ ਕੈਪਟਨ ਅਮਰਿੰਦਰ ਸ਼ਸ਼ੋਪੰਜ ਚ ਨੇ ਕਿਹੜਾ ਆਪਣਾ ਕਿਹੜਾ ਬਗਾਨਾ, ਕਿਹਨੂੰ ਮੰਤਰੀ ਲਵਾਂ ਕਿਹਨੂੰ ਨਾ ਲਵਾਂ। ਤੀਜਾ ਪੁਆਇੰਟ, ਨਵਜੋਤ ਸਿੰਘ ਸਿੱਧੂ ਇੱਕ ਆਪਣੀ ਸੂਚੀ ਬਣਾ ਕੇ ਬੈਠੇ ਨੇ ਕਿ ਇਹ ਲੋਕ ਮੰਤਰੀ ਹੋਣੇ ਚਾਹੀਦੇ ਨੇ, ਅਸੀਂ ਚਾਹੁੰਦੇ ਹਾਂ ਇਹ ਲੋਕ ਮੰਤਰੀ ਬਣਨ। ਇੱਕ ਹੋਰ ਬੜਾ ਅਹਿਮ ਪੁਆਇੰਟ ਹੈ, ਹਾਈਕਮਾਂਡ ਦੀ ਮਰਜ਼ੀ ਬਿਨਾ ਮੰਤਰੀ ਮੰਡਲ ਦਾ ਵਿਸਥਾਰ ਹੋਣਾ ਨਹੀਂ। ਅਗਰ ਕੈਪਟਨ ਅਮਰਿੰਦਰ ਕਿਸੇ ਦਾ ਨਾਮ ਭੇਜਣਗੇ, ਹਾਈਕਮਾਂਡ ਅਪਰੂਵਲ ਦੇਗੀ। ਪਹਿਲਾਂ ਗੱਲਾਂ ਆਈਆਂ ਸੀ ਕਿ ਫਰੀ ਹੈਂਡ ਦੇਤਾ ਕੈਪਟਨ ਅਮਰਿੰਦਰ ਸਿੰਘ ਨੂੰ, ਜੋ ਕੈਪਟਨ ਅਮਰਿੰਦਰ ਸਿੰਘ ਕਰਨਾ ਚਾਹੁਣ ਕਰ ਲੈਣ, ਪਰ ਉਹ ਗੱਲਾਂ ਦੀ ਵੀ ਕੋਈ ਕਨਫਰਮੇਸ਼ਨ ਨਹੀਂ ਸੀ ਗੱਲ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਅੱਗੇ ਇੱਕ ਤਾਂ ਮੰਤਰੀ ਮੰਡਲ ਦੀ ਚੁਣੌਤੀ ਆ, ਦੂਜੀ ਚੁਣੌਤੀ ਹੈ ਹਾਈਕਮਾਂਡ ਦੇ 18 ਸੂਤਰੀ ਏਜੰਡੇ ਦੀ। ਹਾਈਕਮਾਂਡ ਨੇ 18 ਸੂਤਰੀ ਏਜੰਡਾ ਦਿੱਤਾ, ਸਿੱਧੂ ਵੀ ਦਬਾਅ ਪਾ ਰਿਹਾ, ਸਿੱਧੂ ਵੀ ਉਹ ਏਜੰਡਾ ਬਣਵਾ ਕੇ ਲਿਆਇਆ ਦਿੱਲੀਓ। ਉਹ ਕਮੇਟੀ ਨੇ ਏਜੰਡਾ ਲਾਗੂ ਕੀਤਾ ਸੀ, 3 ਮੈਂਬਰੀ ਕਮੇਟੀ ਨੇ। ਹੁਣ ਅਗਰ ਤਾਂ ਕੈਪਟਨ ਅਮਰਿੰਦਰ ਸਿੰਘ ਉਹ 18 ਸੂਤਰੀ ਏਜੰਡੇ ਚੋਂ 4-5 ਪੁਆਇੰਟ ਲਾਗੂ ਕਰ ਗਏ, ਉਹ ਵੀ 15 ਦਿਨ ਇੱਕ ਮਹੀਨੇ ਦੇ ਵਿੱਚ, ਫਿਰ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਿਆਸੀ ਤਾਕਤ ਹੈ ਉਹ ਬਰਕਰਾਰ ਰਹੂਗੀ। ਅਗਰ ਕੈਪਟਨ ਅਮਰਿੰਦਰ ਮਹੀਨੇ ਸਵਾ ਮਹੀਨੇ ਦੇ ਵਿੱਚ ਉਹ 18 ਸੂਤਰੀ ਏਜੰਡਾ ਲਾਗੂ ਨਾ ਕਰ ਪਾਏ, ਉਹਦੇ ਤੋਂ 4-5 ਪੁਆਇੰਟ ਵੀ ਲਾਗੂ ਨਾ ਕਰ ਪਾਏ, ਤੇ ਫਿਰ ਨਵਜੋਤ ਸਿੰਘ ਸਿੱਧੂ ਔਰ ਕਾਰਜਕਾਰੀ ਪ੍ਰਧਾਨਾਂ ਦਾ ਦਬਾਅ ਬਣਨਾ। ਦੇਖੋ ਹੁਣ ਜਿਹੜਾ ਵਿਰੋਧ ਹੋਣਾ ਨਾ 18 ਸੂਤਰੀ ਏਜੰਡਾ ਲਾਗੂ ਨਾ ਹੋਣ ਦਾ, ਉਹ ਕੱਲਾ ਕੈਪਟਨ ਉਹ ਕੱਲਾ ਨਵਜੋਤ ਸਿੰਘ ਸਿੱਧੂ ਨੇ ਨਹੀਂ ਕਰਨਾ ਹੋਵੇ, ਕਾਰਜਕਾਰੀ ਪ੍ਰਧਾਨ ਵੀ ਹੁਣ ਬੋਲਣਗੇ, ਕਿਉਂਕਿ ਕਾਰਜਕਾਰੀ ਪ੍ਰਧਾਨ ਵੀ ਹੁਣ ਚੌਕੀਦਾਰ ਨੇ 18 ਸੂਤਰੀ ਏਜੰਡੇ ਦੇ ਸਿੱਧੂ ਦੇ ਨਾਲ। ਇਸ ਕਰਕੇ ਨਵਜੋਤ ਸਿੰਘ ਸਿੱਧੂ ਵੀ ਚਟੰਨਾ, 15 ਅਗਸਤ ਤੋਂ ਕਾਂਗਰਸ ਭਵਨ ਚ ਬਿਸਤਰਾ ਲਾਉਣ ਦੀ ਗੱਲ ਐਵੇਂ ਨਹੀਂ ਕੀਤੀ, ਉਹ ਇਸ ਕਰਕੇ ਕੀਤੀ ਹੈ ਵੀ ਮੰਤਰੀਆਂ ਤੇ ਵੀ ਦਬਾਅ ਬਣਾਇਆ ਜਾਵੇ, ਸਰਕਾਰ ਤੇ ਵੀ ਦਬਾਅ ਬਣਾਇਆ ਜਾਵੇ ਵੀ 18 ਸੂਤਰੀ ਏਜੰਡਾ ਲਾਗੂ ਕਰੋ। ਇਹ ਕਾਂਗਰਸ ਦੀ ਹਾਈਕਮਾਂਡ ਦਾ ਏਜੰਡਾ, ਲੋਕਾਂ ਨੂੰ ਅਸੀਂ ਵਾਅਦੇ ਕੀਤੇ ਸੀ। ਸੋ ਇਸ ਕਰਕੇ ਕਾਂਗਰਸ ਦੀ ਸਥਿਤੀ ਇਸ ਵਕਤ ਕਾਫੀ ਜ਼ਿਆਦਾ ਅੰਦਰੂਨੀ ਤੌਰ ਦੇ ਉੱਤੇ ਤਣਾਅਪੂਰਨ ਹੈ, ਔਰ ਸਿੱਧੂ ਦਾ ਹੱਥ ਅਜੇ ਉੱਪਰ ਲੱਗਦਾ ਕਿਉਂਕਿ ਸਿੱਧੂ ਪ੍ਰਧਾਨ ਹੈ, ਸਿੱਧੂ ਦਬਾਅ ਪਾਊਗਾ ਵੀ ਏਜੰਡਾ ਲਾਗੂ ਕਰੋ ਲਾਗੂ ਕਰੋ, ਜੇ ਹੋ ਗਿਆ ਤਾਂ ਵੀ ਸਿੱਧੂ ਦੀ ਕਾਮਯਾਬੀ ਵੀ ਸਿੱਧੂ ਲਾਗੂ ਕਰਾ ਗਿਆ, ਜੇ ਨਾ ਹੋਇਆ ਤਾਂ ਵੀ ਸਿੱਧੂ ਦੀ ਕਾਂਗਰਸ ਕਾਮਯਾਬੀ ਵੀ, ਦੇਖੋ ਜੀ ਸਿੱਧੂ ਤਾਂ ਲੜਾਈ ਲੜਦਾ ਰਹਿ ਗਿਆ, ਸਿੱਧੂ ਦੀ ਗੱਲ ਨੀ ਸੁਣੀ ਇਹਨਾਂ ਨੇ, ਤੇ ਉਹਦੇ ਨਾਲ 2022 ਚ ਸਿੱਧੂ ਦਾ ਚਿਹਰਾ ਆਸਾਨ ਹੋਊਗਾ। ਹਾਂ, ਲੋਕਾਂ ਚ ਦਿੱਕਤ ਹੋਊਗੀ ਕਿਉਂਕਿ ਲੋਕ ਚਾਹੁੰਦੇ ਨੇ ਕਾਂਗਰਸ ਮਸਲੇ ਹੱਲ ਕਰੇ। ਕੈਪਟਨ ਅਮਰਿੰਦਰ ਨੇ ਜਿਹੜੇ ਵਾਅਦੇ ਕੀਤੇ ਸੀ, ਕੈਪਟਨ ਅਮਰਿੰਦਰ ਦੀ ਅਗਵਾਈ ਚ ਵਾਅਦੇ ਹੋਏ ਸੀ ਮੁੱਖ ਮੰਤਰੀ ਬਣਨ ਦੇ ਲਈ, ਸੋ ਲੋਕ ਕੈਪਟਨ ਅਮਰਿੰਦਰ ਵੱਲ ਦੇਖਣਗੇ। ਅਗਰ ਇਹ ਵਾਅਦੇ ਪੂਰੇ ਨਹੀਂ ਹੁੰਦੇ, ਸਿੱਧੂ ਦਾ ਘੱਟ ਕੈਪਟਨ ਅਮਰਿੰਦਰ ਦਾ ਜ਼ਿਆਦਾ ਵਿਰੋਧ ਹੋਊ। ਜੀ ਬਿਲਕੁਲ ਡੱਲਾ ਸਾਹਿਬ, ਜਿਸ ਤਰ੍ਹਾਂ ਦੀਆਂ ਹੁਣ ਚਰਚਾਵਾਂ ਨੇ ਕਿ ਜਲਦ ਜਿਹੜਾ ਮੰਤਰੀ ਮੰਡਲ ਦੇ ਵਿਸਥਾਰ ਦੇ ਵੱਲ ਜੇਕਰ ਵੱਧਦੇ ਨੇ, ਜਿਸ ਤਰ੍ਹਾਂ ਦੀ ਚਰਚਾਵਾਂ ਨੇ, ਜੇਕਰ ਮੀਟਿੰਗਾਂ ਦਾ ਦੌਰ ਅੱਗੇ ਹੋਰ ਵੱਧਦਾ, ਜੇਕਰ ਅੱਜ ਫਿਰ ਮੀਟਿੰਗ ਹੁੰਦੀ ਹੈ, ਕੱਲ੍ਹ ਨੂੰ ਫਿਰ ਮੀਟਿੰਗ ਹੁੰਦੀ ਹੈ, ਤਾਂ ਲੱਗਦਾ ਕਿ ਮੰਤਰੀ ਮੰਡਲ ਦਾ ਵਿਸਥਾਰ ਵੀ 1-2 ਦਿਨਾਂ ਦੇ ਵਿੱਚ ਹੋ ਸਕਦਾ ਫਿਰ? ਦੇਖੋ ਦੋ ਗੱਲਾਂ ਨੇ, ਮੰਤਰੀ ਮੰਡਲ ਦਾ ਵਿਸਥਾਰ ਹੋ ਵੀ ਸਕਦਾ, ਟਲ ਵੀ ਸਕਦਾ ਪੱਕੇ ਤੌਰ ਤੇ। ਕੈਪਟਨ ਅਮਰਿੰਦਰ ਇਹ ਵੀ ਸੁਝਾਅ ਦੇ ਸਕਦੇ ਨੇ ਹਾਈਕਮਾਂਡ ਨੂੰ ਕਿ 3-4 ਮਹੀਨਿਆਂ ਦੀ ਗੱਲ ਹੈ, ਇਸ ਵਕਤ ਅਸੀਂ ਮੰਤਰੀ ਮੰਡਲ ਦਾ ਵਿਸਥਾਰ ਨਾ ਕਰੀਏ, ਅਸੀਂ ਸੰਗਠਨ ਵਾਲੇ ਪਾਸੇ ਧਿਆਨ ਦੇਈਏ। ਅਰੇ ਮਨ ਇਹ ਗੱਲ ਹਾਈਕਮਾਂਡ ਦੀ ਮਰਜ਼ੀ ਤੇ ਹੈ ਵੀ ਕੀ ਹਾਈਕਮਾਂਡ ਚਾਹੂਗਾ ਵੀ ਅਸੀਂ ਮੰਤਰੀ ਮੰਡਲ ਦਾ ਵਿਸਥਾਰ ਨਾ ਕਰੀਏ। ਮੰਤਰੀ ਮੰਡਲ ਅਗਰ ਬਣਾਉਣਾ ਹੈ, ਕੋਸ਼ਿਸ਼ਾਂ ਹੋ ਰਹੀਆਂ ਨੇ, ਲੇਕਿਨ ਉਹ ਹਜੇ ਤੱਕ ਮੰਤਰੀ ਮੰਡਲ ਦਾ ਬਦਲਾਅ ਹੋ ਨਹੀਂ ਰਿਹਾ। ਤੁਸੀਂ ਦੇਖੋ ਜਦੋਂ ਦਾ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ ਹੈ, 18ਵਾਂ ਮੰਤਰੀ ਅੱਜ ਤੱਕ ਨਹੀਂ ਲਿਆਂਦਾ ਗਿਆ ਮੰਤਰੀ ਮੰਡਲ ਚ, 17 ਮੰਤਰੀ ਨੇ ਪੰਜਾਬ ਦੀ ਸਰਕਾਰ ਚ, 18ਵਾਂ ਮੰਤਰੀ ਹੈ ਨਹੀਂ ਗਗਨ।
ਇਸ ਕਰਕੇ ਇਹ ਵੀ ਇੱਕ ਚੁਣੌਤੀ ਹੈ ਵੀ ਕੀ 18ਵਾਂ ਮੰਤਰੀ ਬਣੂਗਾ। ਮੰਤਰੀ ਮੰਡਲ ਦਾ ਵਿਸਥਾਰ ਤਾਂ ਇੱਕ ਵੱਖਰੀ ਗੱਲ ਹੈ, 18ਵੇਂ ਮੰਤਰੀ ਦੀ ਹਜੇ ਗਰੰਟੀ ਨਹੀਂ। ਹੁਣ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹੋਣੀ ਸ਼ੁਰੂ ਹੋ ਗਏ ਕਿ ਅਸੀਂ ਸੰਗਠਨ ਵੀ ਬਣਾਉਣਾ, ਸਾਰੇ ਕਾਰਜਕਾਰੀ ਪ੍ਰਧਾਨ ਔਰ ਨਵਜੋਤ ਸਿੰਘ ਸਿੱਧੂ ਇਹ ਸੰਗਠਨ ਵਾਲੇ ਪਾਸੇ ਵੀ ਲੱਗ ਗਏ ਵੀ 2022 ਦੀਆਂ ਚੋਣਾਂ ਤੋਂ ਪਹਿਲਾਂ ਸਰਕਾਰ ਤੇ ਵੀ ਦਬਾਅ ਪਾਉਣਾ ਔਰ ਸੰਗਠਨ ਵੀ ਬਣਾਉਣਾ। ਸੰਗਠਨ ਬਣਾਉਣ ਦੇ ਲਈ ਸਰਕਾਰ ਚੱਲੂਗੀ ਕਿ ਅਸੀਂ ਜ਼ਿਲ੍ਹਾ ਪ੍ਰਧਾਨ ਬਣਾਉਣੇ ਨੇ, ਅਸੀਂ ਸਕੱਤਰ ਬਣਾਉਣੇ ਨੇ, ਅਸੀਂ ਵਿੰਗਾਂ ਦੇ ਪ੍ਰਧਾਨ ਬਣਾਉਣੇ ਨੇ, ਅਸੀਂ ਯੂਥ ਦਾ ਢਾਂਚਾ ਉਹਨੂੰ ਮਜ਼ਬੂਤ ਕਰਨਾ। ਸੋ ਸਿੱਧੂ ਜਿਹੜਾ ਸੰਗਠਨਾਤਮਕ ਢਾਂਚਾ ਹੈ ਉਸ ਪਾਸੇ ਵੀ ਨਵਜੋਤ ਸਿੰਘ ਸਿੱਧੂ ਦਾ ਇਸ ਵਕਤ ਫੋਕਸ ਹੈ। ਸੋ ਇਸ ਕਰਕੇ ਉਸ ਪਾਸੇ ਵੀ ਨਵਜੋਤ ਸਿੰਘ ਸਿੱਧੂ ਦੇਖ ਰਹੇ ਨੇ। ਔਰ ਕੱਲ੍ਹ ਦੀ ਮੀਟਿੰਗ ਤੋਂ ਬਾਅਦ ਬਰਿੰਦਰ ਢਿੱਲੋਂ ਜਿਹੜੇ ਯੂਥ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦਾ ਵੀ ਬਿਆਨ ਆਇਆ, ਉਹ ਵੀ ਮੈਂ ਚਾਹੂੰਗਾ ਕਿ ਤੁਸੀਂ ਸਾਰੇ ਕੱਲ੍ਹ ਦੇ ਜਿਹੜੇ ਕਾਂਗਰਸ ਨਾਲ ਸੰਬੰਧਿਤ ਪੋਲੀਟੀਕਲ ਬਿਆਨ ਹੈ ਉਹ ਵੀ ਇੱਕ ਵਾਰੀ ਸਮਝਾਓ, ਸੁਣਾ ਦਿਓ ਤਾਂ ਕਿ ਸਥਿਤੀਆਂ ਸਮਝੀਏ। ਦੇਖੋ ਇਹ ਤੁਹਾਨੂੰ ਮੈਂ ਫਿਰ ਉਹੀ ਗੱਲ ਕਹਿੰਦਾ, ਪਾਰਟੀ ਦੀ ਬੈਠਕ ਸੀ, ਪਾਰਟੀ ਦੀ ਮੀਟਿੰਗ ਸੀ, ਪਾਰਟੀ ਦੇ ਜੋ ਗੱਲਾਂ ਬਾਤਾਂ ਸੀਗੀਆਂ, ਮੁਸ਼ਕਲਾਂ ਸੀਗੀਆਂ, ਉਹ ਸਾਰੀਆਂ ਉਹਨਾਂ ਨੇ ਬੜੇ ਪੇਸ਼ੈਂਟਲੀ ਸੁਣੀਆਂ ਔਰ ਹਰੇਕ ਨੂੰ ਉਹਨਾਂ ਨੇ ਪੂਰਾ ਟਾਈਮ ਦਿੱਤਾ ਔਰ ਇਹੀ ਕਿਹਾ ਵੀ ਹਰ 15 ਦਿਨਾਂ ਦੇ ਵਿੱਚ ਇੱਕ ਇਹੋ ਜਿਹੀ ਮੀਟਿੰਗ ਜਿਹੜੀ ਪਾਰਟੀ ਦੇ ਫਰੰਟਲਸ ਸੈਲਸ ਔਰ ਜਿਹੜੇ ਹੋਰ ਅਹੁਦੇਦਾਰ ਆ ਵੀ ਇੱਕ ਸਿਸਟਮ ਬਣਾਉਣ ਦੀ ਗੱਲ ਕੀਤੀ ਆ ਔਰ ਉਹੀ ਉਹ ਗੱਲ ਕਰ ਰਹੇ। ਬਹੁਤ ਵਧੀਆ ਮੀਟਿੰਗ ਰਹੀ, ਸਾਰਿਆਂ ਨੇ ਆਪਣੇ ਸੁਝਾਅ ਦਿੱਤੇ, ਸੁਣਿਆ ਗਿਆ। ਸਿੱਧੂ ਸਾਹਿਬ ਨੇ ਜਿਹੜਾ ਹੈਗਾ ਹੋਰ ਸਟਰੋਂਗ ਕਰਨ ਲਈ ਕਾਂਗਰਸ ਨੂੰ ਮੰਤਰ ਦਿੱਤਾ, ਜਿਹੜੇ ਚੇਅਰਮੈਨ ਔਰ ਫਰੰਟਲ ਆਰਗੇਨਾਈਜੇਸ਼ਨ ਦੇ ਆਏ ਸੀ। ਸੋ ਸਾਰੇ ਮੁੱਦਿਆਂ 'ਤੇ ਚਰਚਾ ਹੋਈ ਹੈ, ਹੁਣ 15 ਦਿਨ ਬਾਅਦ ਦੁਬਾਰਾ ਇੱਕ ਮੀਟਿੰਗ ਜਿਹੜੀ ਰੱਖੀ ਗਈ ਹੈ ਕਿ ਜਿਹੜੇ ਜਿਹੜੇ ਪੁਆਇੰਟਸ ਨੇ ਹੋਰ ਕਿਵੇਂ ਮਜ਼ਬੂਤੀ ਨਾਲ ਕਾਂਗਰਸ ਕੈਡਰ ਨੂੰ ਥੱਲਿਓਂ ਮਜ਼ਬੂਤ ਕੀਤਾ ਜਾਵੇ ਉਹਦੇ 'ਤੇ ਵਿਚਾਰ ਚਰਚਾ ਕਰਾਂਗੇ। ਸੋ ਵਰਿੰਦਰ ਢਿੱਲੋਂ ਹੋਣਾ ਦੀ ਗੱਲਬਾਤ ਆਪਾਂ ਸੁਣੀ ਹੈ ਤੇ ਤਸਵੀਰਾਂ ਤੁਹਾਨੂੰ ਜਿਹੜੀਆਂ ਕੱਲ੍ਹ ਦੀ ਮੀਟਿੰਗ ਦੀਆਂ ਵੀ ਵਿਖਾ ਦਿੱਤੀਆਂ। ਸੋ ਡੱਲਾ ਸਾਹਿਬ ਉਧਰ ਦੂਜੇ ਪਾਸੇ ਜੇਕਰ ਹੁਣ ਕਿਸਾਨ ਸੰਸਦ ਦੇ ਵੱਲ ਵਧੀਏ, ਕਿਸਾਨਾਂ ਦੀ ਸੰਸਦ ਦਾ ਪ੍ਰਭਾਵ ਕਿਤੇ ਨਾ ਕਿਤੇ ਕੇਂਦਰ ਦੀ ਸਰਕਾਰ ਦੇ ਉੱਤੇ ਵਿਖ ਜ਼ਰੂਰ ਰਿਹਾ। ਇੱਕ ਵਾਰ ਫਿਰ ਤੋਂ ਜਿਹੜਾ ਕੱਲ੍ਹ ਨਰਿੰਦਰ ਸਿੰਘ ਤੋਮਰ ਹੋਣਾ ਦਾ ਬਿਆਨ ਆਇਆ ਕਿ ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਹਾਂ, ਕਿਸਾਨ ਗੱਲਬਾਤ ਨਹੀਂ ਕਰ ਰਹੇ ਕਿਉਂਕਿ ਕਿਸਾਨਾਂ ਕੋਲ ਏਜੰਡਾ ਨਹੀਂ ਹੈ ਗੱਲਬਾਤ ਕਰਨ ਦੇ ਲਈ ਸਾਡੇ ਕੋਲ, ਇਹ ਸਾਰੀ ਟਿੱਪਣੀ ਨੂੰ ਕਿੱਦਾਂ ਵੇਖਦੇ ਹੋ ਤੇ ਕਿਸਾਨ ਸੰਸਦ ਦੇ ਪ੍ਰਭਾਵ ਨੂੰ ਕਿੱਦਾਂ ਵੇਖ ਰਹੇ ਹੋ? ਦੇਖੋ ਕੱਲ ਸਾਡੀਆਂ ਬੀਬੀਆਂ ਮਾਤਾਵਾਂ ਭੈਣਾਂ ਦਾ ਜਿਹੜਾ ਕਿਸਾਨ ਸੰਸਦ ਦਾ ਪ੍ਰੋਗਰਾਮ ਸੀ ਉਹਦਾ ਬਹੁਤ ਵੱਡਾ ਪ੍ਰਭਾਵ ਪਿਆ। ਪੂਰੇ ਮੁਲਕ ਦੇ ਵਿੱਚ ਔਰਤਾਂ ਪਾਰਲੀਮੈਂਟ ਦੇ ਵਿੱਚ ਵੀ ਬਹੁਤ ਚੰਗੇ ਤਰੀਕੇ ਨਾਲ ਪਰਫਾਰਮ ਕਰਦੀਆਂ ਵੀ ਰਹੀਆਂ ਪਿਛਲੇ ਸਮੇਂ, ਭਵਿੱਖ 'ਚ ਵੀ ਕਰ ਸਕਦੀਆਂ। ਸੋ ਅਗਰ ਪਾਰਲੀਮੈਂਟ ਦੇ ਵਿੱਚ ਮਹਿਲਾਵਾਂ ਦੀ ਗਿਣਤੀ ਵੱਧਦੀ ਹੈ ਉਹ ਵੀ ਦੇਸ਼ ਦੇ ਲਈ ਇੱਕ ਚੰਗਾ ਸੁਨੇਹਾ, ਕਿਉਂਕਿ ਕੱਲ੍ਹ ਇੱਕ ਚਰਚਾ ਵੀ ਛਿੜੀ ਕੱਲ੍ਹ ਦਿੱਲੀ ਦੇ ਵਿੱਚ ਕਿ ਦੇਸ਼ ਦੀ ਸਰਕਾਰ ਸੋਚ ਰਹੀ ਹੈ ਕਿ ਕਿਉਂ ਨਾ ਪਾਰਲੀਮੈਂਟ ਦੀਆਂ ਸੀਟਾਂ 1000 ਕਰ ਦਿੱਤੀਆਂ ਜਾਣ। ਮਨੀਸ਼ ਤਿਵਾੜੀ ਨੇ ਫਿਰ ਟਵੀਟ ਵੀ ਕੀਤਾ, ਚਿਦੰਬਰਮ ਦੇ ਬੇਟੇ ਨੇ ਰੀਟਵੀਟ ਕੀਤਾ, ਚਰਚਾ ਸ਼ੁਰੂ ਹੋ ਗਈ ਮੁਲਕ 'ਚ ਕਿ ਅਗਰ ਪਾਰਲੀਮੈਂਟ ਦੀਆਂ ਸੀਟਾਂ 1000 ਕਰਨੀਆਂ ਨੇ ਤੇ ਦੇਸ਼ 'ਚ ਇੱਕ ਬਹਿਸ ਕਰਾਈ ਜਾਵੇ, ਪਹਿਲਾਂ ਦੇਸ਼ ਨਾਲ ਚਰਚਾ ਕੀਤੀ ਜਾਵੇ, ਸਰਕਾਰ ਕੋਈ ਮਤਾ ਲਿਆ ਕੇ ਆਰਡੀਨੈਂਸ ਲਿਆ ਕੇ ਇਸ ਮਾਮਲੇ 'ਤੇ ਕੋਈ ਫੈਸਲਾ ਨਾ ਕਰਦੇ। ਇਹ ਵਿਸ਼ਾ ਬੜਾ ਵੱਡਾ ਹੈ, ਇਹ ਮਨੀਸ਼ ਤਿਵਾੜੀ ਨੇ ਚੱਕਿਆ, ਬਾਕੀ ਦੇਖਦੇ ਆਉਂਦੇ ਦਿਨਾਂ 'ਚ ਇਹਦੇ 'ਤੇ ਕੀ ਹੁੰਦਾ। ਔਰਤਾਂ ਦਾ ਜਿਹੜਾ ਸੰਸਦ ਸੀ ਕੱਲ੍ਹ ਕਿਸਾਨ ਸੰਸਦ ਬੜੀ ਪ੍ਰਭਾਵੀ ਰਹੀ, ਔਰਤਾਂ ਨੇ ਹਰ ਤਰ੍ਹਾਂ ਨਾਲ ਭੂਮਿਕਾ ਅਦਾ ਕੀਤੀ ਔਰ ਪੂਰੇ ਦੇਸ਼ 'ਚ ਰੀਜਨਲ ਮੀਡੀਆ, ਖੇਤਰੀ ਮੀਡੀਆ, ਭਾਵੇਂ ਉਹ ਪੰਜਾਬ ਦਾ, ਭਾਵੇਂ ਮਹਾਰਾਸ਼ਟਰ ਦਾ, ਭਾਵੇਂ ਬੰਗਾਲ ਦਾ, ਭਾਵੇਂ ਹਿਮਾਚਲ ਦਾ, ਭਾਵੇਂ ਅਰੁਣਾਚਲ ਦਾ, ਸਾਰੇ ਖੇਤਰੀ ਮੀਡੀਆ ਨੇ, ਸੋਸ਼ਲ ਮੀਡੀਆ ਨੇ ਔਰਤਾਂ ਦੀ ਕਿਸਾਨ ਸੰਸਦ ਦੀ ਖੂਬ ਕਵਰੇਜ ਕੀਤੀ ਔਰ ਉਹਦਾ ਮਕਸਦ ਦੱਸਿਆ ਔਰ ਉਹਦੇ 'ਤੇ ਵਿਸ਼ਲੇਸ਼ਣ ਹੋਏ ਕਿ ਇਹਦਾ ਕਿੰਨਾ ਅੱਛਾ ਪ੍ਰਭਾਵ ਗਿਆ ਸਾਡੀ ਸਿਆਸਤ 'ਤੇ। ਸੋ ਔਰਤਾਂ ਨੂੰ ਪਾਰਲੀਮੈਂਟ ਦੇ ਵਿੱਚ ਵੀ 50% ਰਾਖਵਾ ਕਰਨ ਦਾ ਜਿਹੜਾ ਬਿੱਲ ਹੈ ਉਹ ਲਾਗੂ ਕਰਾਉਣ ਦੀ ਵੀ ਗੱਲ ਉੱਠਣੀ ਚਾਹੀਦੀ ਹੈ ਔਰ ਪਾਰਲੀਮੈਂਟ 'ਚੋਂ ਪਾਸ ਹੋਣਾ ਚਾਹੀਦਾ 50% ਔਰਤਾਂ ਦਾ ਰਾਖਵਾ ਕਰਨ ਹੋਵੇ, ਮੈਂ ਉਹਦਾ ਹਾਮੀ ਹਾਂ। ਦੂਸਰੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਨਰਿੰਦਰ ਤੋਮਰ, ਨਰਿੰਦਰ ਤੋਮਰ ਹਮੇਸ਼ਾ ਵਿੱਚ ਵਿਚਾਰ ਵਾਲੇ ਬਿਆਨ ਦਿੰਦੇ, ਡਿਪਲੋਮੈਟਿਕ ਬਿਆਨ ਹੁੰਦੇ। ਪਹਿਲਾਂ ਉਹ ਕਹਿੰਦੇ ਸੀ ਕਿ ਕਿਸਾਨ ਕਾਨੂੰਨਾਂ ਨੂੰ ਰਿਪੀਲ ਕਰਨ ਤੋਂ ਇਲਾਵਾ, ਰੱਦ ਕਰਨ ਤੋਂ ਇਲਾਵਾ ਕੋਈ ਵੀ ਪ੍ਰਸਤਾਵ ਲਿਆਉਣ ਅਸੀਂ ਗੱਲ ਕਰਨ ਲਈ ਤਿਆਰ। ਹੁਣ ਉਹ ਕਹਿ ਰਹੇ ਨੇ ਕਿਸਾਨਾਂ ਕੋਲੇ ਏਜੰਡਾ ਹੀ ਨਹੀਂ, ਕਿਸਾਨਾਂ ਕੋਲੇ ਸਾਰੇ ਏਜੰਡੇ ਨੇ ਮੰਤਰੀ ਸਾਹਿਬ, ਕਿਸਾਨਾਂ ਕੋਲੇ ਸਾਰੇ ਏਜੰਡੇ ਨੇ, ਕਿਸਾਨਾਂ ਕੋਲੇ 2022 ਦਾ ਏਜੰਡਾ ਵੀ ਹੈ ਚੋਣਾਂ ਦਾ ਤੇ 24 ਦਾ ਏਜੰਡਾ ਵੀ ਹੈ ਚੋਣਾਂ ਦਾ ਵੀ ਕਿਹੜੀ ਕਿਹੜੀ ਪਾਰਟੀ ਦਾ ਕਿਵੇਂ ਵਿਰੋਧ ਕਰ। ਇਸ ਕਰਕੇ ਮੈਨੂੰ ਇਹ ਲੱਗਦਾ ਗਗਨ ਇਸ ਵਕਤ ਸਥਿਤੀਆਂ ਚਿੰਤਾਜਨਕ ਨੇ ਬੀਜੇਪੀ ਦੇ ਲਈ, ਬੀਜੇਪੀ ਦੀ ਸਰਕਾਰ ਕਿਤੇ ਨਾ ਕਿਤੇ ਕਿਸਾਨਾਂ ਦੀ ਨਾਰਾਜ਼ਗੀ ਹੈ ਜਿਹੜੀ ਉਹਨੂੰ ਸਮਝ ਨਹੀਂ ਰਹੀ। ਪੱਛਮੀ ਬੰਗਾਲ 'ਚ ਉਹ ਨਾਰਾਜ਼ਗੀ ਸਾਹਮਣੇ ਆਈ ਹੈ, ਉਹ ਪੰਜਾਬ 'ਚ ਵੀ ਆਊਗੀ 2022 'ਚ, ਉੱਤਰ ਪ੍ਰਦੇਸ਼ 'ਚ ਵੀ ਆਊਗੀ 2022 'ਚ,
और 24 च भी आऊगी। पर मैनू यह भी पता लग्या कि पिछे जो बीजेपी के लीडर की मीटिंग हुई सी दिल्ली, सारे ने एक सुर च किया कि आपां किसानां दा मसला नबेड़िए क्योंकि सानू वोटां च नुकसान हो सकता है। हुण जदों वोटां दे नुकसान की गल बीजेपी नूं आ रही है, वक्ख वक्ख इंटैलीजेंस एजेंसियां तो आ रही है कि पिंडां शहरां च लोक ने जिहड़े कितना किते उह नाराज हो सकदे आ, उस तों बाद बीजेपी दे विच संगठन च गल तुर पई है कि असीं किसान अंदोलन का कोई ना कोई हल कढ़ना है। और गगन मैनूं लगदा हुण बीजेपी गंभीरता दे नाल इस पासे सोचू और किसान अंदोलन दे हल कढ़न दे पासे तुरूगी। ਮੈਨੂੰ ਇਸ ਗੱਲ ਦੀ ਗਗਨ ਪੂਰੀ ਆਸ ਹੈ। ਪਰ ਦੂਜੇ ਪਾਸੇ ਸਾਡੀਆਂ ਪੋਲੀਟੀਕਲ ਪਾਰਟੀਆਂ ਵੀ ਗਗਨ ਪੂਰਾ ਜ਼ੋਰ ਲਾ ਰਹੀਆਂ। ਕਾਂਗਰਸ ਲਗਾਤਾਰ ਵਿਰੋਧ ਕਰ ਰਹੀ ਹੈ, ਅਕਾਲੀ ਦਲ ਨੇ ਵਿਰੋਧ ਕੀਤਾ, ਭਗਵੰਤ ਮਾਨ ਨੇ, ਮੈਂ ਚਾਹੂੰਗਾ ਭਗਵੰਤ ਮਾਨ ਤੋਂ ਸ਼ੁਰੂ ਕਰੀਏ। ਭਗਵੰਤ ਮਾਨ ਨੇ ਕੱਲ ਸਵੇਰੇ 5ਵੀਂ ਵਾਰ ਮਤਾ ਪਾਤਾ, ਕੰਮ ਰੋਕੂ ਪ੍ਰਸਤਾਵ ਭਗਵੰਤ ਮਾਨ ਕੱਲ ਲਿਆਇਆ। ਭਗਵੰਤ ਮਾਨ ਕਹਿੰਦਾ ਪੂਰੀ ਇਸ ਪਾਰਲੀਮੈਂਟ ਦੇ ਪਹਿਲੇ ਦਿਨ ਤੋਂ ਭਗਵੰਤ ਮਾਨ ਨੇ ਪਾਰਲੀਮੈਂਟ ਚ ਪੂਰਾ ਰੌਲਾ ਪਾਇਆ ਖੇਤੀ ਕਾਨੂੰਨਾਂ ਦੇ ਵਿਰੋਧ, ਔਰ ਇਹ ਕਾਬਲੀਅਤ ਹੈ ਭਗਵੰਤ ਮਾਨ ਦੀ। ਮੈਂ ਇਸੇ ਕਰਕੇ ਵਾਰ ਵਾਰ ਕਹਿੰਦਾ ਹੁੰਦਾ ਕਿ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਵਾਲੇ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਪੰਜਾਬ ਚ, ਜਿਸ ਦਿਨ ਭਗਵੰਤ ਮਾਨ ਨੂੰ ਅਗਵਾਈ ਦੇਣਗੇ ਉਸ ਦਿਨ ਆਮ ਆਦਮੀ ਪਾਰਟੀ ਮੁਕਾਬਲੇ ਵਾਲੀ ਦਿਸ਼ਾ ਚ ਅੱਗੇ ਵਧੂਗੀ। ਔਰ ਪਾਰਲੀਮੈਂਟ ਚ ਖੇਤੀ ਕਾਨੂੰਨਾਂ ਤੇ ਭਗਵੰਤ ਮਾਨ ਨੇ ਆਵਾਜ਼ ਬੁਲੰਦ ਕੀਤੀ ਹੈ। ਹਾਲਾਂਕਿ ਪੰਜਾਬ ਚ ਭਗਵੰਤ ਮਾਨ ਘੱਟ ਸਰਗਰਮ ਨੇ, ਪਾਰਲੀਮੈਂਟ ਚ ਜ਼ਿਆਦਾ ਸਰਗਰਮ। ਹੁਣ ਫਿਰ ਅਕਾਲੀ ਵਾਲਿਆਂ ਨੇ ਵੀ ਪ੍ਰੋਟੈਸਟ ਕੀਤਾ, ਹਰਸਿਮਰਤ ਬਾਦਲ ਹੱਥ ਚ ਚਾਰਟ ਲੈ ਕੇ ਖੜੀ, ਕਾਗਜ਼ ਦਾ ਸੀ, ਚਾਰਟ ਕਹਿੰਦੇ ਆ ਸਕੂਲਾਂ ਚ ਬਣਾਉਂਦੇ ਹੁੰਦੇ ਸੀ, ਅੱਜ ਕੱਲ੍ਹ ਬੈਨਰ ਕਹਿ ਦਿੰਦੇ ਉਹਨੂੰ ਅੰਗਰੇਜ਼ੀ ਚ। ਸੁਖਬੀਰ ਬਾਦਲ ਬੈਨਰ ਲੈ ਕੇ ਖੜੇ ਉੱਥੇ ਕਰੇ, ਔਰ ਦੋਨਾਂ ਦੀ ਕੋਸ਼ਿਸ਼ ਇਹ ਸੀ ਕਿ ਅਸੀਂ ਵਿਰੋਧ ਕਰੀਏ। ਸ਼ੁਰੂਆਤ ਚ ਜਿਹੜੇ ਸਾਡੇ ਤੇ ਇਲਜ਼ਾਮ ਲੱਗੇ ਕਿ ਅਸੀਂ ਬਿੱਲ ਪਾਸ ਕਰਨ ਵੇਲੇ ਸਰਕਾਰ ਦਾ ਹਿੱਸਾ ਸੀ, ਅਸੀਂ ਉਦੋਂ ਵਿਰੋਧ ਨਹੀਂ ਕੀਤਾ, ਉਹਨੂੰ ਕਿਸੇ ਹੱਦ ਤੱਕ ਅਸੀਂ ਮੱਠਾ ਪਾਈਏ। ਹੁਣ ਰਾਹੁਲ ਗਾਂਧੀ ਨੇ ਵੀ ਕੱਲ ਗਗਨ ਕੀ ਕੀਤਾ, ਰਾਹੁਲ ਗਾਂਧੀ ਬਾਰੇ ਮੈਨੂੰ ਪਤਾ ਸੀ ਕਿ ਰਾਹੁਲ ਗਾਂਧੀ ਨੂੰ ਟਰੈਕਟਰ ਆਉਂਦਾ, ਕੱਲ ਰਾਹੁਲ ਗਾਂਧੀ ਨੇ ਕਾਰਡ ਕੱਢੀ ਵੀ ਉਹ ਟਰੈਕਟਰ ਹੀ ਲਿਆਇਆ। ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫ਼ਤਰ ਚੋਂ ਰਾਹੁਲ ਗਾਂਧੀ ਨੇ ਟਰੈਕਟਰ ਚਲਾਇਆ, ਰੈਲੀ ਨੁਮਾ ਰੂਪ ਦੇ ਵਿੱਚ ਪਾਰਲੀਮੈਂਟ ਚ ਟਰੈਕਟਰ ਲਿਆਇਆ ਰਾਹੁਲ ਗਾਂਧੀ, ਇਹ ਦੇਸ਼ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ। ਔਰ ਟਰੈਕਟਰ ਸਾਡੇ ਲਈ ਇੱਕ ਬਹੁਤ ਵੱਡਾ ਸਨਮਾਨ ਹੈ। ਮੈਂ ਤਾਂ ਹੈਰਾਨ ਹਾਂ ਅੱਜ ਤੱਕ ਟਰੈਕਟਰ ਆਇਆ ਕਿਉਂ ਨਹੀਂ ਪਾਰਲੀਮੈਂਟ ਚ, ਟਰੈਕਟਰ ਪਾਰਲੀਮੈਂਟ ਚ ਆਉਣਾ ਚਾਹੀਦਾ ਸੀ ਅੱਜ ਤੱਕ, ਔਰ ਪੂਰੀ ਸ਼ਾਨੋ ਸ਼ੌਕਤ ਨਾਲ ਆਉਣਾ ਚਾਹੀਦਾ ਸੀ। ਉੱਥੇ ਪਾਰਲੀਮੈਂਟ ਦੇ ਨਾਲ ਹੀ ਇੱਕ ਪੁਲਿਸ ਸਟੇਸ਼ਨ ਹੈ, ਉਹਨੂੰ ਪਾਰਲੀਮੈਂਟ ਪੁਲਿਸ ਸਟੇਸ਼ਨ ਕਹਿੰਦੇ, ਉੱਥੇ ਨੇੜੇ ਹੀ ਹੈ। ਟਰੈਕਟਰ ਸਮੇਤ ਰਾਹੁਲ ਗਾਂਧੀ ਨੂੰ ਲਿਆਏ, ਇੱਕ ਰਣਦੀਪ ਸੁਰਦੇ ਵਾਲੇ ਨੂੰ ਵੀ ਲਿਆਏ ਉੱਥੇ ਪੁਲਿਸ, ਕੱਲ ਸ਼ਾਮ ਨੂੰ ਉਹਨਾਂ ਨੂੰ ਦੋਨਾਂ ਨੂੰ ਰਿਹਾ ਕੀਤਾ। ਪਰ ਰਾਹੁਲ ਗਾਂਧੀ ਨੇ ਕੱਲ ਟਰੈਕਟਰ ਚਲਾਇਆ ਜਦੋਂ ਖੱਬੇ ਪਾਸੇ ਬਿੱਟੂ ਬੈਠਾ ਸੀ ਰਵਨੀਤ ਬਿੱਟੂ, ਸੱਜੇ ਪਾਸੇ ਪ੍ਰਤਾਪ ਬਾਜਵਾ ਸੀ। ਮੈਂ ਤਸਵੀਰਾਂ ਦੇਖੀਆਂ, ਤੁਸੀਂ ਵੀ ਦਿਖਾ ਦਿਓ। ਗੁਰਜੀਤ ਔਜਲਾ ਟਰੈਕਟਰ ਦੀ ਸਪੀਡ ਤੇ ਤੁਰਿਆ ਆਉਂਦਾ ਸੀ ਨਾਲ ਬੜੀ ਤੇਜ਼ੀ ਦੇ ਨਾਲ। ਸੋ ਕੱਲ ਪਾਰਲੀਮੈਂਟ ਦੇ ਵਿੱਚ ਕਾਂਗਰਸ ਨੇ ਵੀ ਕਾਲੇ ਕਾਨੂੰਨਾਂ ਤੇ, ਖੇਤੀ ਕਾਨੂੰਨਾਂ ਤੇ ਆਪਣੀ ਆਵਾਜ਼ ਬੁਲੰਦ ਕੀਤੀ। ਹਾਲਾਂਕਿ ਬੀਜੇਪੀ ਵਾਲੇ ਲਗਾਤਾਰ ਇਹ ਕਹਿ ਰਹੇ ਨੇ ਕਿ ਇਹ ਕਾਨੂੰਨ ਚੰਗੇ ਨੇ, ਮੰਨਿਆ ਜਾ ਸਕਦਾ ਕਿ ਇਸ ਕਾਨੂੰਨ ਚ ਕਾਫੀ ਕੁਛ ਚੰਗਾ ਹੋਵੇ, ਪਰ ਜਦੋਂ ਕਾਨੂੰਨ ਕਿਸਾਨਾਂ ਨੂੰ ਪਸੰਦ ਨਹੀਂ ਤੇ ਬੀਜੇਪੀ ਨੂੰ ਇਹ ਚਾਹੀਦਾ ਕਿ ਨਵੇਂ ਸਿਰੇ ਤੋਂ ਬਣਾਏ ਜਾਣ, ਜਿਹੜੀਆਂ ਚੰਗੀਆਂ ਚੀਜ਼ਾਂ ਨੇ ਕਿਸਾਨਾਂ ਨੂੰ ਸਮਝਾ ਕੇ ਦੁਬਾਰਾ ਪਾਉਣ। ਪਰ ਕੱਲ ਦਾ ਅੰਦੋਲਨ ਹੈ ਜਿਹੜਾ ਕਿਸਾਨਾਂ ਦਾ, ਬੀਬੀਆਂ ਦਾ ਔਰ ਪੋਲੀਟੀਕਲ ਪਾਰਟੀਆਂ ਦਾ ਪ੍ਰਭਾਵੀ ਰਿਹਾ। ਇੱਕ ਵਾਰੀ ਸਾਰਿਆਂ ਦੇ ਬਿਆਨ ਵੀ ਗਗਨ ਜ਼ਰੂਰ ਸੁਣਾ। ਦੇਖੋ, ਰਾਹੁਲ ਗਾਂਧੀ ਜੀ ਨੇ ਕਾਂਗਰਸ ਪਾਰਟੀ ਦਾ ਜਿਹੜਾ ਪੱਕਾ ਇਰਾਦਾ ਹੈ ਉਹ ਅੱਜ ਜਿਹੜੇ ਗੌਰਮੈਂਟ ਹੈ ਨਰਿੰਦਰ ਮੋਦੀ ਜੀ ਉਹਨਾਂ ਨੂੰ ਅੱਜ ਪੱਕਾ ਇਰਾਦਾ ਜਿਹੜਾ ਉਹਦੇ ਤੋਂ ਜਾਣੂ ਕਰਾਇਆ ਬਾਰ ਬਾਰ ਕਿ ਸਾਡੇ ਇਰਾਦੇ ਬੜੇ ਪੱਕੇ, ਅਸੀਂ ਕਿਸਾਨ ਮਜ਼ਦੂਰ ਅਤੇ ਆਮ ਲੋਕਾਂ ਦਾ ਸੰਘਰਸ਼ ਲੜਦੇ ਹਾਂ ਔਰ ਸਾਡੀ ਪਾਰਟੀ ਦੇ ਬਲੱਡ ਦੇ ਵਿੱਚ ਹੈ ਕਿ ਜਿੱਥੇ ਕਿਤੇ ਅਨਿਆਂ ਹੋਵੇ ਉਹਦੇ ਨਾਲ ਡੱਟ ਕੇ ਖੜਦੀ ਹੈ ਅਤੇ ਦੇਸ਼ ਦੀ ਜ਼ਿੰਮੇਵਾਰੀ ਵੀ ਹੈ ਸਾਡੇ ਉੱਤੇ। ਸੋ ਅੱਜ ਰਾਹੁਲ ਜੀ ਨੇ ਟਰੈਕਟਰ ਮਾਰਚ ਕੱਢਿਆ ਹੈ ਪਾਰਲੀਮੈਂਟ ਤੱਕ, ਅਸੀਂ ਸਾਰੇ ਨਾਲ ਸਾਂ, ਔਰ ਉਹਦਾ ਇੱਕ ਹੀ ਸੰਦੇਸ਼ ਸੀ ਮੋਦੀ ਜੀ ਨੂੰ, ਪਿਆੜਾ ਜਿਹੜਾ ਜਿਹਦਾ ਜਿਹੜਾ ਕਿਸਾਨ ਦਾ ਪੁੱਤ ਹੈ ਟਰੈਕਟਰ ਜਿਹਦੇ ਨਾਲ ਉਹ ਵਾਹੀ ਕਰਦਾ ਹੈ, ਅੱਜ ਉਹਦੀ ਸਵਾਰੀ ਕਰਕੇ ਰਾਹੁਲ ਜੀ ਗਏ ਔਰ ਉੱਥੇ ਜਾ ਕੇ ਇੱਕ ਸੰਦੇਸ਼ ਦਿੱਤਾ ਕਿ ਇਹ ਕਿਸਾਨ ਦਾ ਬੱਚਾ ਜਿਹੜਾ ਅਸੀਂ ਟਰੈਕਟਰ ਜਿਹਨੂੰ ਅਸੀਂ ਧੀਆਂ ਪੁੱਤਾਂ ਵਾਂਗੂ ਰੱਖਦੇ ਹਾਂ, ਕਿਸਾਨ ਦੀ ਜਾਨ ਹੁੰਦਾ ਆ, ਅੱਜ ਉਹਨੂੰ ਦਿਖਾ ਕੇ ਦੱਸਿਆ ਕਿ ਇਹ ਅੱਜ ਇਹਨਾਂ ਦੇ ਜਿਹੜੇ ਵਾਰਸ ਨੇ ਉਹ ਬੈਠੇ ਨੇ ਸੜਕਾਂ ਦੇ ਉੱਤੇ, ਉਹ ਬੈਠੇ ਨੇ ਬਾਰਡਰਾਂ ਦੇ ਉੱਤੇ। ਮੋਦੀ ਜੀ ਉੱਠੋ, ਇਹ ਬਿੱਲ ਕਾਲੇ ਕਾਨੂੰਨ ਵਾਪਸ ਲਓ, ਇਹ ਤੁਹਾਨੂੰ ਲੈਣੇ ਪੈਣੇ ਆ। ਅੱਜ ਉਹਨਾਂ ਦਾ ਪੱਕਾ ਇਰਾਦਾ ਦੁਬਾਰਾ ਉਹਨਾਂ ਨੂੰ, ਮਤਲਬ ਬਾਰ ਬਾਰ ਹਮੇਸ਼ਾ ਹੀ ਅਸੀਂ ਬਾਹਰ ਵੀ ਐਜੀਟੇਸ਼ਨ ਕਰਦੇ ਰਾਹੁਲ ਜੀ ਔਰ ਅੰਦਰ ਵੀ, ਅੱਜ ਬਾਹਰ ਫਿਰ ਦੁਬਾਰਾ ਟਰੈਕਟਰ ਲੈ ਕੇ ਗਏ ਨੇ। ਦੇਣਾ ਚਾਹ ਰਹੇ
हम जो किसानों का मैसेज है जी उसको हम पार्लियामेंट तक लाए हैं। पार्लियामेंट में इसके बारे में चर्चा नहीं करने देते हैं। किसानों को दबा रहे हैं, हिंदुस्तान के सब किसानों को दबा रहे हैं। इसी हम यहाँ राहुल काले कानून है जी, इनको वापस लेना पड़ेगा। यही रखने हैं कि इस जो किसान है ये कानून बनाए हैं इनको रद्द किया जाए। मेन आज का जो मुद्दा संसद के अंदर भी है वो असेंशियल कमोडिटी एक्ट संशोधन करन दा जो इन्होंने करता सी 2020 दे विच, जिदे च के स्टोरेज दी फुल कैपेसिटी देती सी कोई भी करे, पर वो थोनू भी पता है सानू भी पता है कि ना तो किसान कर सकता है स्टोर, ना मजदूर कर सकता है, ना कोई आम नागरिक कर सकता है। वो तो स्टोर तो वड्डे घराने ही करनगे, इसलिए इस नूं खत्म किया जाके ताकि महंगाई की मार तो बचा जा सके। धन्यवाद जी। देखो महिलावां साढ़े समाज का एक अहम अंग है, तो अज तक साड़ी पोलीटिकल लीडरशिप ने तो इन्हों योगता कदे दिती नहीं। साड़ी पार्लीमेंट में अज भी गल्लां जरूर करते हैं, 33% इन्हों का हिस्सा होना चाहिए, पर इन्हों एक कानून पास कराने पता नहीं की मुश्किल है, उधर न कोई तुरदा नहीं। असी आ जिहड़ा दो सैशन इस अंदोलन के दौरान असी महिलावां नूं दित्ते ने, क्योंकि जिहड़ा एसेंशियल कमोडिटीज एक्ट है सीधा असर जिहड़ा समाज के उत्ते पैंदा है, वह सब तो पहला जिहड़ा भार है वह महिलावां के उत्ते पैंदा है। रसोई गैस की कीमत बढ़ती है तो उन्हों का बजट हिलदा है, जे तेल की कीमत बढ़ती है उन्हों का बजट हिलदा है, हर पास दालों के रेट बढ़ते हैं, किसी चीज़ के रेट बढ़ते हैं, महिलावां का जिहड़ा बजट वह हिल जाता है। इस करके असी उन्होंने अज का दिन दिता, वह बहस कर रही ने ये, और एक सब तो वड्डी खुशी इस गल की है भाई साढ़े सरकार वालों मंत्रियों प्रधानमंत्री तो भावें समझ ना पवे, पर साड़िया महिलावान ये सारे कानून चंगी तरह समझ पैंदी। अकाली दल बहुजन समाज पार्टी लगातार पहले दिन तो जदों दा सैशन चल रहा है इक्को ही एजेंडा लैके किसानी दे काले कानून वापस लो लैके संघर्ष कर रहे हैं। साडा इस सैशन विच ते अगले सैशनां विच इक्को एक एजेंडा रहना है कि पंजाब दे देश दे किसानां नूं बचाउणा है ते किसानी नूं इंसाफ दिलाउणा है ते काले कानून वापस लाउणा है। मैं अपील करदा दूजियां पार्टियां नूं वी कि एजेंडे नूं बदलना, ऐसा कोई बहाना ना लभो जिहना एजेंडा बदल जाए, क्योंकि अगर आपां एजेंडा दूजी पार्टियां बदलगियां ऑटोमैटिकली ताकत सेंटर सरकार नूं मिलेगी, उन्होंने वापस नहीं करना। डेढला साहब जिस तरह तुम भगवंत मान होना की गल की है, भगवंत मान पार्लीमेंट के बहुत एक्टिव नज़र आ रहे हैं, तो आम आदमी पार्टी को पंजाब के मुख्यमंत्री के चेहरे की तलाश है कि लगता हजे भी कि भगवंत मान तो इलावा किसी होर चेहरे की तलाश होनी चाहिए आम आदमी पार्टी को, जो तलाश हूँ मुक जानी चाहिए तो ऐलान हो जाना चाहिए। देखो मेरा ही मानना जो कांग्रेस सिद्धू को आगे लेके आई है प्रधान, संभावी तौर पर किसान भी सिद्धू 2022 का चेहरा बन गया, पर कांग्रेस ने हजे सिद्धू नूं मुख्यमंत्री का चेहरा नहीं ऐलानिया। संभावी तौर पर मैं लगता आम आदमी पार्टी अगर भगवंत मान नूं जिहड़े कि प्रधान ने उन्होंने पंजाब के कोर्डीनेटर ने, अगर आम आदमी पार्टी भगवंत मान नूं मुख्यमंत्री का चेहरा ऐलान दे, क्योंकि मैं लगातार देख रहा बहुत वड्डी गिणती च आम आदमी पार्टी के वलंटियर मैनू भी फोन करते हैं, क्योंकि मैं सिद्धू की गल कर रहा, क्योंकि सिद्धू को पंजाब के एजेंडे ने जो 2007 तो पहला सुखबीर को पंजाब के एजेंडे से, मैं सुखबीर की गल बहुत करता उदो कई लोग मैं कहते सुखबीर का बंदा है, मैं तो पंजाब का रब का बंदा। फिर गल आई पिछली बारी 2017 तो पहला मैं आम आदमी पार्टी के केजरीवाल की बहुत गल की, मैं बहुत केजरीवाल की गल की, उदो लोग कहते आम आदमी पार्टी की टिकट लू, इतों तक गल् हो गई, मैं उदो भी कहा भी मैं कोई टिकट नहीं लैनी भरा, आप चंगा बना लीए। हुण सिद्धू कोले भी एजेंडा है पंजाब का, पिछली बार भी अगर सिद्धू आप चलिया जाता आपकी सरकार से उदो भी गल्लां होईयां सी जिधर सिद्धू जाऊ उधर सरकार बन जाऊ, लोग भुल गए पर बहुते लोगों नूं याद है साडे जागरूक लोगों। इस बार भी गल शुरू हो गई सी भी जे सिद्धू आप च आ गया आपकी सरकार है, सिद्धू आप च नहीं गया सिद्धू कांग्रेस च है, अज भी सिद्धू बहुत मजबूत है, भावें कांग्रेस ने वादे नहीं पूरे किए कैप्टन नूं, क्योंकि लोगों नूं पता है कैप्टन और सिद्धू के सिद्धांतों फर्क है एजेंडे फर्क है। आम आदमी पार्टी को भी एजेंडा है, पूरा एजेंडा क्लीयर नहीं है, पूरा एजेंडा क्लीयर कर भगवंत मान मुख्यमंत्री का चेहरा जो ऐलान देना आम आदमी पार्टी, आम आदमी पार्टी की गल तुरूगी।
ਗੱਲ ਤੋੜਨ ਦੇ ਲਈ, ਗੱਲ ਭਖਾਉਣ ਦੇ ਲਈ ਆਮ ਆਦਮੀ ਪਾਰਟੀ ਨੂੰ ਪਹਿਲ ਕਰਨੀ ਪਊਗੀ, ਕੇਜਰੀਵਾਲ ਸਾਹਿਬ ਨੂੰ ਲਗਾਤਾਰ ਪੰਜਾਬ ਆਉਣਾ ਪਊਗਾ। ਇਹ ਨਹੀਂ ਵੀ ਮਹੀਨੇ ਬਾਅਦ ਇੱਕ ਗੇੜਾ ਲਾ ਕੇ ਗਰੰਟੀ ਦੇ ਜਾਣ ਤੇ ਕੰਮ ਚੱਲ ਜੂਗਾ, ਨਹੀਂ ਚੱਲਣਾ। ਇਸ ਕਰਕੇ ਭਗਵੰਤ ਮਾਨ ਨੂੰ ਤੁਰੰਤ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਣਾ ਚਾਹੀਦਾ ਅਗਰ ਆਮ ਆਦਮੀ ਪਾਰਟੀ ਪੰਜਾਬ 'ਚ ਆਪਣਾ ਸਿਆਸੀ ਆਧਾਰ ਵੱਡਾ ਕਰਕੇ ਮੁੱਖ ਮੰਤਰੀ ਬਣਾਉਣ ਦੀ ਦੌੜ 'ਚ ਆਉਣਾ ਚਾਹੁੰਦਾ। ਦੋ ਇੱਕ ਸਮੀਕਰਨ ਮੈਂ ਹੋਰ ਲਗਾਤਾਰ ਸੋਚ ਰਿਹਾ, ਅਗਰ ਸਿੱਧੂ ਨੂੰ ਕਾਂਗਰਸ ਮੁੱਖ ਮੰਤਰੀ ਦਾ ਚਿਹਰਾ ਨਹੀਂ ਲਾਉਂਦੀ, ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਚਿਹਰਾ ਨਹੀਂ ਲਾਉਂਦੀ ਤੇ ਪੰਜਾਬ ਦੇ ਵਿੱਚ ਤਿਕੋਣੇ ਮੁਕਾਬਲੇ ਦੇ ਹਾਲਾਤ ਬਣ ਜਾਣਗੇ, ਇੱਕ ਪਾਸੇ ਕਾਂਗਰਸ, ਇੱਕ ਪਾਸੇ ਆਪ ਤੇ ਇੱਕ ਪਾਸੇ ਅਕਾਲੀ ਤੇ ਬਸਪਾ, ਇਹ ਵੀ ਸਥਿਤੀਆਂ ਬਣ ਸਕਦੀਆਂ ਨੇ ਪੰਜਾਬ। ਸੋ ਪੰਜਾਬ ਦੇ ਸਮੀਕਰਨ ਹਜੇ ਕੱਚੇ ਨੇ, ਪੂਰੇ ਪੱਕੇ ਨਹੀਂ ਹੋਏ। ਸਿੱਧੂ ਅੱਗੇ ਵੀ ਪ੍ਰੀਖਿਆ ਹੈ, ਹਾਲਾਂਕਿ ਸਿੱਧੂ ਨੰਬਰ ਇੱਕ ਤੇ, ਨੰਬਰ ਦੋ ਤੇ ਹਜੇ ਆਪ ਹੈ। ਜੇ ਚਿਹਰਾ ਨਹੀਂ ਲਾਨੂ ਆਪ ਪਿੱਛੇ ਹੋ ਜੂ। ਕਾਂਗਰਸ ਨੇ ਗਲਤੀ ਕਰ ਲਈ, ਆਪ ਨੇ ਗਲਤੀ ਕਰ ਲਈ ਤੇ ਮੁਕਾਬਲਾ ਅਕਾਲੀ ਬਸਪਾ ਆ ਜਾਣਾ ਮੁਕਾਬਲੇ, ਫਿਰ ਤਿਕੋਣਾ ਮੁਕਾਬਲਾ ਹੁੰਦਾ। ਸੋ ਕਿਉਂਕਿ ਬੀਜੇਪੀ ਇਸ ਵਕਤ ਚੌਥੀ ਸਥਿਤੀ ਤੇ, ਬੀਜੇਪੀ ਧਿਆਨ ਦੇਵੇ ਕਿਸਾਨਾਂ ਦੇ ਕਾਨੂੰਨ ਰੱਦ ਕਰ ਦੇ, ਕਿਸਾਨਾਂ ਨਾਲ ਜੱਫੀਆਂ ਪੈ ਜਾਣ, ਲੱਡੂ ਵੰਡੇ ਜਾਣ, ਫਿਰ ਬੀਜੇਪੀ ਕਿਤੇ ਪੁਰਾਣੀ ਸਥਿਤੀ ਤੇ ਆਊਗੀ ਤੇ ਕਿਸੇ ਨਾਲ ਜੇ ਗੱਠ। ਅੱਛਾ ਇੱਕ ਗੱਲ ਹੋਰ ਹੈ, ਮੇਰਾ ਇਹ ਮੰਨਣਾ ਅਗਰ ਸੰਯੁਕਤ ਅਕਾਲੀ ਦਲ ਨਾਲ ਗਗਨ ਆਪ ਦਾ ਸਮਝੌਤਾ ਹੋ ਜੇ, ਆਪ ਤੇ ਸੰਯੁਕਤ ਅਕਾਲੀ ਦਲ ਮਜ਼ਬੂਤ ਹੋ ਜਾਣਗੇ, ਕਾਫੀ ਫਰਕ ਪਊਗਾ, ਦੋਨਾਂ ਨੂੰ ਤਾਕਤ ਮਿਲੂਗੀ। ਪਰ ਭਗਵੰਤ ਮਾਨ ਨੇ ਕੱਲ੍ਹ ਇਨਕਾਰ ਕਰਤਾ, ਕੱਲ੍ਹ ਇੱਕ ਪੋਸਟ ਮੈਂ ਪੜ੍ਹੀ ਸੀ, ਭਗਵੰਤ ਮਾਨ ਕਹਿੰਦਾ ਵੀ ਅਸੀਂ ਕਿਸੇ ਨਾਲ ਸਮਝੌਤਾ ਨਹੀਂ ਕਰ ਰਹੇ ਹਜੇ। ਸੋ ਜੇ ਹੋ ਜੇ ਤਾਂ ਉਹਦੇ ਲਈ ਵੀ ਆਪ ਦੇ ਲਈ ਫਾਇਦੇਮੰਦ ਜੀ। ਗੁਰ ਬਿਲਕੁਲ ਸੋ ਜ਼ਰੂਰ ਹੈ ਕਿ ਪੰਜਾਬ ਦੀ ਸਿਆਸਤ ਦੇ ਸਮੀਕਰਨ ਹਜੇ ਹੋਰ ਬਦਲਣੇ ਨੇ, ਪੰਜਾਬ ਦੀ ਸਿਆਸਤ ਦੇ ਵਿੱਚ ਹਜੇ ਹੋਰ ਬਹੁਤ ਕੁਝ ਹੋਣਾ, ਕਿਉਂਕਿ ਸਮਾਂ 6 ਮਹੀਨਿਆਂ ਦਾ ਪਿਆ ਹੈ ਹਜੇ ਪੰਜਾਬ ਦੀਆਂ ਚੋਣਾਂ ਦੇ ਵਿੱਚ। ਸੋ ਜੋ ਕੁਝ ਵੀ ਹੋਏਗਾ ਉਹ ਸਭ ਦੇ ਉੱਤੇ ਚਰਚਾ ਇਸੇ ਤਰ੍ਹਾਂ ਪ੍ਰੋਗਰਾਮਾਂ ਦੇ ਵਿੱਚ ਜਾਰੀ ਰੱਖਾਂਗੇ, ਜਾਂਦੇ ਜਾਂਦੇ ਕੁਝ ਸਿਆਸੀ ਟਿੱਪਣੀਆਂ ਨੇ ਉਹ ਸੁਣਾਉਂਦੇ ਹਾਂ ਤੇ ਫਿਰ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਅੱਜ 26 ਜੁਲਾਈ ਦਿਨ ਸੋਮਵਾਰ ਨੂੰ ਫਿਰ ਪਾਰਲੀਮੈਂਟ ਚੱਲੇ ਹਾਂ ਫਰਜ਼ ਨਿਭਾਉਣ। ਅੱਜ ਫਿਰ ਮੈਂ ਪਾਰਲੀਮੈਂਟ ਦੇ ਵਿੱਚ ਲਗਾਤਾਰ ਅਡਜਨਮੈਂਟ ਮੋਸ਼ਨ ਦੇ ਨੋਟਿਸ ਜਿਹੜੇ ਦਿੰਦਾ ਰਿਹਾ, ਅੱਜ ਫਿਰ ਅਡਜਨਮੈਂਟ ਮੋਸ਼ਨ ਦਾ ਮੈਂ ਨੋਟਿਸ ਦਿੱਤਾ ਕਿ ਕਿਸਾਨਾਂ ਦੇ ਜਿਹੜੇ ਖਿਲਾਫ਼ ਬਿੱਲ ਆਏ ਨੇ ਤਿੰਨੋਂ, ਉਹਨਾਂ ਨੂੰ ਰਿਪੀਲ ਕਰਨ ਵਾਸਤੇ, ਉਹਨਾਂ ਨੂੰ ਵਾਪਸ ਲੈਣ ਵਾਸਤੇ ਡਿਬੇਟ ਕਰੋ, ਬਾਕੀ ਸਾਰਾ ਲੋਕ ਸਭਾ ਦਾ ਜਿਹੜਾ ਬਿਜ਼ਨਸ ਹੈ ਉਹਨੂੰ ਰੋਕ ਦਿਉ। ਦੂਜੇ ਪਾਸੇ ਜੰਤਰ ਮੰਤਰ 'ਤੇ ਅੱਜ ਕਿਸਾਨ ਸੰਸਦ ਦੇ ਵਿੱਚ ਮਾਵਾਂ ਭੈਣਾਂ, ਅੱਜ ਮਹਿਲਾਵਾਂ ਆਪਣੀ ਸੰਸਦ ਚਲਾਉਣਗੀਆਂ। ਸੋ ਸਾਡਾ ਫਰਜ਼ ਬਣਦਾ ਸੰਸਦ ਦੇ ਅੰਦਰ ਸਾਨੂੰ ਭੇਜਿਆ ਲੋਕਾਂ ਨੇ, ਅਸੀਂ ਉੱਥੇ ਸਰਕਾਰਾਂ ਦੇ ਕੰਨਾਂ ਤੱਕ ਗੱਲ ਪਹੁੰਚਾਈਏ, ਬਾਹਰ ਕਿਸਾਨ ਆਪਣੇ ਪਰਿਵਾਰਾਂ ਸਮੇਤ ਜਿਹੜੇ ਨੇ ਉਹ ਸੰਸਦ ਚਲਾ ਰਹੇ ਨੇ ਜੰਤਰ ਮੰਤਰ 'ਤੇ। ਅਤੇ ਅੱਜ ਫਿਰ ਮੈਂ ਜਾ ਕੇ ਪਾਰਲੀਮੈਂਟ ਦੇ ਵਿੱਚ ਇਹੀ ਗੱਲ ਸਪੀਕਰ ਸਾਹਿਬ ਦੇ ਅਤੇ ਸਰਕਾਰ ਦੇ ਕੰਨਾਂ 'ਚ ਪਾਉਣੀ ਹੈ ਕਿ ਕਿਸਾਨਾਂ ਦੇ ਜਿਹੜੇ ਖਿਲਾਫ਼ ਬਿੱਲ ਨੇ ਉਹਨਾਂ ਨੂੰ ਵਾਪਸ ਲਓ। ਬਲਕਿ ਨਰਿੰਦਰ ਤੋਮਰ ਜੀ ਨੇ ਤਾਂ ਇਹ ਕਿਹਾ ਕਿ ਕਹਿੰਦੇ ਜਿਹੜੀ ਕਿਸਾਨ ਸੰਸਦ ਆ ਉਹ ਬੇਤੁਕੀ ਹੈ। ਮੈਂ ਕਿਹਾ ਸੰਸਦ ਕਿਸਾਨਾਂ ਦੀ ਬੇਤੁਕੀ ਨਹੀਂ ਹੈਗੀ, ਤੁਹਾਡੇ ਕਾਨੂੰਨ ਬੇਤੁਕੇ ਨੇ, ਇਹਨਾਂ ਨੂੰ ਵਾਪਸ ਲੈ ਲਓ, ਸਭ ਕੁਝ ਠੀਕ ਠਾਕ ਹੋ ਜਾਊਗਾ। ਦੇਖੋ ਸਿੱਧੂ ਸਾਹਿਬ ਕੀ ਜੋ ਸਟੇਟਮੈਂਟ ਹੈ ਕਿ ਮੈਂ ਕੂਆ ਹੂੰ ਔਰ ਕਿਸਾਨ ਪਿਆਸਾ ਹੈ, ਉਸਸੇ ਉਨਕੀ ਸੱਤਾ ਕਾ ਜੋ ਇਨਕਾਰ ਹੈ ਉਹ ਸਾਫ ਜਲਕ ਰਹਾ ਕਿ ਕਾਂਗਰਸ ਕੇ ਅਧਿਕਸ਼ ਕਿਆ ਬਣ ਗਏ, ਉਨਕੋ ਯੇ ਲਗ ਰਿਹਾ ਕਿ ਮੈਂ ਖੁਦਾ ਹੂੰ। ਤੋ ਜਿਸ ਤਰੀਕੇ ਸੇ ਕਿਸਾਨੋਂ ਨੇ ਰਿਐਕਟ ਕੀਆ ਵੋ ਨੈਚੁਰਲ ਹੈ, ਕਿਉਂਕਿ ਕੌਣ ਚਾਹਤਾ ਹੈ ਕਿ ਐਸੇ ਅਹੰਕਾਰੀ ਵਿਅਕਤੀ ਕੇ ਪਾਸ ਜਾ ਕੇ ਕੋਈ ਫਰਿਆਦ ਕਰੇ। ਕਿਸਾਨ ਦੇਸ਼ ਕਾ ਅੰਦਰ ਹੈ, ਤੋ ਉਸਕੇ ਬਾਰੇ ਮੇਂ ਜੋ ਵਿਅਕਤੀ ਐਸੀ ਭਾਸ਼ਾ ਕਾ ਇਸਤੇਮਾਲ ਕਰਤਾ ਹੈ ਉਸੇ ਆਮ ਲੋਕੋਂ ਕੋ ਬਤਾਓ ਕਿ ਕਿਆ ਉਮੀਦ ਹੈ। ਲੇਕਿਨ ਅਭੀ ਤੱਕ ਉਹਨੇ ਆਪਣੇ ਲਫਜ਼ ਵਾਪਸ ਨਹੀਂ ਲਏ, ਅਭੀ ਤੱਕ ਉਹਨੇ ਜਨਤਕ ਤੌਰ 'ਤੇ ਮੁਆਫ਼ੀ ਨਹੀਂ ਮੰਗੀ। ਅਬ ਜਬ ਵਿਰੋਧ ਹੋਣਾ ਸ਼ੁਰੂ ਹੋਇਆ ਤੋ ਅਬ ਕਹਿ ਰਹੇ ਕਿ ਮੈਂ ਨੰਗੇ ਪਾਉਣ ਚੱਲਣੇ ਕੋ ਤਿਆਰ ਹਾਂ। ਤੋ ਪਹਿਲੇ ਜੋ ਆਪਣੇ ਬਾਤ ਕਹੀ ਹੈ ਉਸਕੋ ਤੋ ਮਾਨੋ ਕਿ ਆਪਣੇ ਗਲਤ ਕਹਾ, ਲੇਕਿਨ ਸੱਤਾ ਕਾ ਜ਼ਰੂਰ ਹੈ, ਉਨਕੋ ਲਗਤਾ ਕਿ ਮੇਰੇ ਪਾਸ ਅਬ ਤਾਕਤ ਹੈ ਇਤਨੀ ਬਹੁਤ, ਤੋ ਮੈਂ ਕਿਸੀ ਕੋ ਕਿਆ ਸਮਝਤਾ ਹੂੰ। ਲੇਕਿਨ ਜਨਤਾ ਕੀ ਤਾਕਤ ਹੈ, ਕਿਸਾਨੋਂ ਕੀ ਤਾਕਤ ਹੈ, ਬਹੁਤ ਬੜੀ ਹੈ, ਧੀਰੇ ਧੀਰੇ ਉਸਕੋ ਆਟੇ ਦਾਲ ਕਾ ਭਾਵ ਸਭ ਪਤਾ ਚੱਲ ਜਾਏਗਾ। ਪੁਰਾਣਾ ਪ੍ਰੋਡਕਟ ਨਵਾਂ ਰੈਪਰ ਪੈਕਿੰਗ, ਨਵਜੋਤ ਸਿੰਘ ਸਿੱਧੂ, ਪ੍ਰੋਡਕਟ ਪੁਰਾਣਾ ਹੀ ਹੈ
पर उसकी पैकिंग बदल के रैपर बदल के प्रशांत किशोर जिहड़ा चुनावी षडंतरकारी है कांग्रेस का उसकी ये सारी नीति है। और सिद्धू ने जो कैप्टन अमरिंदर के खिलाफ किया वो ये किया कि मैं तो कांग्रेस दफ्तर बिस्तरा ला लेना, हुण ये की इंडिकेट करता है कि कैप्टन अमरिंदर कितने निकले ही नहीं। साढ़े चार साल चीफ मिनिस्टर रहे, ना वो किसी जिले च गए, ना वो अपने दफ्तर गए, ना उन्होंने सरकार संभाली, ना उन्होंने किसी तरह का कामकाज किया। तो जो सिद्धू कह रहा मैं कांग्रेस दफ्तर बिस्तर ला लेना, वो इंडिकेट कर रहा है कि अज तक कांग्रेस लवारस सी तो मैं बिस्तर ला आ गया। बिस्तर तो खैर किन्ने लाना, नवजोत सिंह सिद्धू ने भी कारा तो कोठिया के सुख भोगने ने, यह तो कह की गल है। पर इंडीकेशन कैप्टन को देती कि क्योंकि कैप्टन नज़र नहीं सी आया इस करके मैं बिस्तर लाना। और एक किस तरह की कांग्रेस है कि जिदे दो कैप्टन ने और दोनों के मूँह एक दूजे तो अलग ने। कैप्टन ने कहता सी कि सिद्धू की एंट्री मेरे घर की बैन है जब तक वो माफी नहीं मंगता, तो कि हूँ कांग्रेस का प्रधान चीफ मिनिस्टर के घर नहीं जा सकेगा क्योंकि जे सिद्धू माफी नहीं मंगता तो कैप्टन अमरिंदर ने शर्त रखी हुई है कि सिद्धू माफी मंगेगा तो मेरे घर के अंदर आ सकता है। तो मैं नवजोत सिंह सिद्धू प्रधान तो ये वादा मंगना कि जो वादे करके प्रधान बने हो कि तुसी अनइंप्लॉयड महिलावान ने जिहड़ियां बेरोजगार महिलावान उन्हां नूं रोजगार दोगे, कि तुसी वो बच्चे जिन्हां नाल झूठा वादा किया सी कैप्टन सरकार ने नौकरियां देन दा, नवजोत सिंह सिद्धू उन्हां नूं नौकरियां दोगे? डल्ला साहब बहुत बहुत धन्यवाद जी, बहुत बहुत धन्यवाद।